लगातार तीन चार दिन तो गोला बारूद डिगदा वा हरियाणा वाले पास्यों अथरू गैस के गोले डिगदे आ ते गोलियां वजदियां गल कर रहे थे सरकार ना मीटिंग उधरों मीटिंग होंदी होंदी इधर गोलियां चलदियां होंदे कादियां मीटिंगां ने ओ समझ तो परे है कादियां मीटिंगां ने कल आर पार दी करनी है ते आर पार दी करो नहीं करनी ते वापस अपने अपने घर नूं चलिए जां वे कोई नीति बनाओ नीति बना के दिल्ली पहुंचो ट्रेनां बधेरियां ने फिर ट्रेनां ते जाके बह के उहनां दी वरतों जाओ परवाले वाले पासे यमुना नगर पासे उधर चलो जे नीति वरतनी है वी साडी पास साडी अज कौन किवें आ गया सानूं पतंग चढ़ाने पै गए ਜੇ ਸਾਡੇ ਵਰਗਾ 3.3 ਚਲਾ ਦੇ ਜਾਂ AK-47 ਸਾਨੂੰ ਕਹਿਣਗੇ ਤਾਂ ਫਿਰ ਬੰਦੂਕਾ ਚੱਕੀ ਫਿਰਦੇ ਨੇ ਟਾਂਗ ਬੜੀ ਖੜਕ ਰਹੀ ਆ ਤੇ ਇੱਕ ਟਾਂਗ ਬੜੀ ਸ਼ਾਂਤ ਬੈਠੀ ਹੋਈ ਆ ਇਹਨੂੰ ਕਿਵੇਂ ਵੇਖਦੇ ਆ ਜੋ ਪੰਜਾਬ ਵਾਲੀ ਟਾਂਗ ਨਾ ਹਮੇਸ਼ਾ ਖੜਕਦੀ ਰਹਿੰਦੀ ਆ ਸਕਰੂਜ ਥੋੜੇ ਦਿਨ ਪਹਿਲਾਂ ਖੜਕੀ ਸੀ ਆਮ ਹੀ ਖੜਕਦੀ ਆ ਕਹਿੰਦੇ ਸੀ ਕਿ ਟਾਂਗ ਜਾਂ ਧਰਨੇ ਨਹੀਂ ਲੱਗਣਗੇ ਪੰਜਾਬ 'ਚ ਥੋੜਾ ਸਮਾਂ ਪਹਿਲਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਆ ਗਈ ਨਾ ਤੇ ਧਰਨੇ ਨਹੀਂ ਲੱਗਣਗੇ ਪੰਜਾਬ ਦੇ ਵਿੱਚ ਧਰਨੇ ਵੀ ਜ਼ਿਆਦਾ ਹੋ ਗਏ ਤੇ ਟਾਂਗ ਵੀ ਉਦਾਂ ਹੀ ਖੜਕ ਗਈ ਹਿਸਟਰੀ ਬਣ ਗਈ ਸੀ ਦਿੱਲੀ ਵਾਲਾ ਮੋਰਚਾ ਭਾਈ ਦੀਪ ਸਿੱਧੂ ਕਹਿੰਦਾ ਰਿਹਾ ਗਰੰਟੀ ਲੈ ਕੇ ਤਰੀਕੇ ਨਾਲ ਉੱਠੋ ਪਰ ਉਦੋਂ ਰਾਜੇ ਵੱਲ ਨੂੰ ਕਾਲੀ ਸੀ ਵੀ ਮੈਂ ਸੀਐਮ ਬਣ ਜਾ ਐਮਪੀ ਨੂੰ ਚਰੂਨੀ ਨੂੰ ਕਾਲੀ ਸੀ ਵੀ ਅਸੀਂ ਵੀ ਐਮਐਲਏ ਐਮਪੀ ਬਣ ਜੀ ਸੋ ਉਹਦੇ ਕਰਕੇ ਭੱਜੇ ਉੱਥੋਂ ਔਰ ਜੇ ਅੱਜ ਹੁਣ ਇੱਕ ਮਿੰਟ ਛੱਡੋ ਯਾਰ ਤੁਹਾਡੀ ਉਹਨਾਂ ਨਹੀਂ ਬਣਦੀ ਇਹ ਜਥੇਬੰਦੀ ਨਹੀਂ ਬਣਦੀ ਪਰ ਇਹ ਚੱਲੇ ਕਾਹਦੇ ਵਾਸਤੇ ਆ ਮੈਂ ਪਾਣੀ 'ਚ ਖੜਾ 12 ਤਰੀਕ ਦੀ ਚੀਜ਼ ਹੈ 12-13 ਦੀ ਹੈ ਨਾ ਪਹਿਲੇ ਦਿਨ ਦੀ ਮੈਂ ਪਾਣੀ 'ਚ ਖੜਾ ਤੁਸੀਂ ਉਹਨਾਂ ਦਾ ਦਿਮਾਗ ਦੇਖੋ ਬਾਬਾ ਜੀ ਆ ਪਾਣੀ 'ਚ ਖੜਾ ਇਹ ਪਿੰਕ ਜੇ ਕਲਰ ਦਾ ਪਾਣੀ ਹੈ ਬਾਈ ਜੀ ਇਹ ਬੂਟ ਗਲ ਚੁੱਕੇ ਨੇ ਔਰ ਮੇਰੇ ਪੈਰਾਂ 'ਚ ਸਮੈਲ ਨਹੀਂ ਖਾਜ ਨਹੀਂ ਜਾ ਰਹੀ ਹੈਗੀ ਜਿੱਧਰੋਂ ਦੀਪ ਇਹ ਦੁਨੀਆ ਤੋਂ ਗਿਆ ਸੀ ਨਾ ਹਰ ਅੱਖ ਨਮ ਹੋਈ ਜਿਹਨੇ ਦੀਪ ਨੂੰ ਨਹੀਂ ਸੀ ਵੇਖਿਆ ਨਾ ਸਾਡੇ ਪਰਿਵਾਰ ਦੇ ਵਿੱਚ ਅਸੀਂ ਬੈਠੇ ਨਿਊਜ਼ ਵੇਖੀ ਸੀ ਤੇ ਸਾਡੇ ਪਰਿਵਾਰਾਂ ਨੂੰ ਝਟਕਾ ਲੱਗਾ ਹਨਾ ਸ਼ਾਇਦ ਅਸੀਂ ਨਾਲ ਲੱਗੇ ਰਹੇ ਹੋਵਾਂਗੇ ਵੇਖਿਆ ਕਿ ਤੈਨੂੰ ਜਾਣਦੇ ਆ ਪਰ ਹਰ ਕੱਲ ਨਾ ਉਹ ਸਟੇਜ ਉੱਤੇ ਗੱਲ ਹੋਈ ਸਟੇਜ ਤੇ ਪਤਾ ਕੀ ਕਿਹਾ ਗਿਆ ਸੀ ਅੱਜ ਕਹਿੰਦੇ ਕਿਤੇ ਉੱਥੇ ਦੀਪ ਹੁੰਦਾ ਤੇ 3-4 ਲੇਅਰਾਂ ਨੇ ਸ਼ਾਇਦ ਅਗਲੇ ਪਾਸੇ ਵੱਧ ਜਾਂਦਾ ਕਿਉਂਕਿ ਉਹ ਦਿਮਾਗ ਸੀ ਉਹ ਰੋਸ਼ਨ ਦਿਮਾਗ ਭਾਈ ਜੀ 5 ਧਾਰਾ ਲਾ ਕੇ ਚੈਨੀ ਚੋਰ ਦਾ ਪਰਚਾ ਮੇਰੇ ਨਾ 5000 ਚੋਰੀ ਦਾ ਕੋਈ ਦੁਨੀਆ ਦਾ ਬੇਵਕੂਫ ਹੋਊਗਾ ਜਿਹੜਾ ਤੋਇਰਾ ਮੁੰਡੇ ਲੈ ਕੇ ਥਾਰ ਲੈ ਕੇ ਇੰਨਾ ਸੋਨਾ ਪਾ ਕੇ ਉਹਦੇ ਘਰੋਂ 5000 ਚੱਕਣ ਜਾਊਗਾ ਔਰ ਦੂਜੀ ਧਾਰਾ ਕੀ ਹੈ ਵੀ ਉਹਦੇ ਘਰੋਂ ਅੰਗ ਲੈ ਕੇ ਆਉਣੇ ਭਾਈ ਜੀ ਅੰਗ ਤਾਂ ਅੰਦਰ ਸੁੱਟੇ ਤੇ ਮੈਂ ਕਿਵੇਂ ਹੁਣ ਮੈਂ ਬਲੂਟੁੱਥ ਨਾਲ ਅੰਗ ਚੱਕਦਾ ਭਾਜੀ ਜੀ ਖਾਲਸਤਾਨ ਦੇ ਨਾਰੇ ਲੱਗ ਜਾਣਗੇ ਕਿ ਮੱਕੀ ਪਛਾੜ ਆ ਗਿਆ ਖਸਮਾਂ ਨੇ ਖੱਟੜ ਆਪ ਕਹਿੰਦਾ ਵੀ ਇਹ ਵੱਖਰਾ ਹੀ ਕਰ ਲੈ ਸਾਥ ਰਹਿਤੇ ਹੈ ਇਹ ਆਪਣਾ ਅਲੱਗ ਕਰ ਲੈ ਸਾਡੇ ਬਜ਼ੁਰਗ ਕਹਿੰਦੇ ਪਏ ਨੇ ਵੀ ਸਾਨੂੰ ਹੁਣ ਖਾਲਸਤਾਨ ਦੇ ਦਿਓ ਇਹਦਾ ਯਾਰ ਹੁਣ ਆਪ ਖੱਟੜ ਤੁੱਤਾ ਦਾ ਆਪ ਕਰਦੇ ਨੇ ਵੀ ਸਾਨੂੰ ਦੇ ਦਿਓ ਵੀ ਆਪਣੀ ਭਾਸ਼ਾ 'ਚ ਫ੍ਰੈਂਚ ਡੱਚ ਸਪੈਨਿਸ਼ ਇੰਗਲਿਸ਼ ਜਿਹੜੀ ਤੁਹਾਡੀ ਲੈਂਗੁਏਜ ਹੈ ਮਲਾਈ ਚਾਈਨੀਜ਼ ਜਿਹੜੀ ਜਿਹੜੀ ਭਾਸ਼ਾ ਤੁਸੀਂ ਜਾਣਦੇ ਹੋ ਹਰ ਇੱਕ ਦੇਸ਼ 'ਚ ਆਹ ਵੀਡੀਓ ਚੱਕ ਚੱਕ ਕੇ ਜੋ ਸਰਕਾਰ ਕਰ ਰਹੀ ਹੈ ਉਸ ਭਾਸ਼ਾ ਦੇ ਵਿੱਚ ਵੀਡੀਓ ਨੂੰ ਵਾਇਰਲ ਕਰੋ ਤਾਂ ਜੋ ਹਰ ਇੱਕ ਦੇਸ਼ ਨੂੰ ਇਸ ਸਰਕਾਰ ਦਾ ਨੰਗਾ ਚਿਹਰਾ ਜਿਹੜਾ ਪਤਾ ਲੱਗੇ ਵੀ ਇਹ ਕੀ ਕਰਤੂਤਾਂ ਕਰ ਰਹੀ ਆ ਇਹ ਜ਼ਰੂਰੀ ਆ ਜ਼ਰੂਰੀ ਆ ਜਿਹੜੇ ਵਿਦੇਸ਼ਾਂ ਵਾਲੇ ਨੇ ਉਹ ਇਸ ਆਪਣੀ ਭਾਸ਼ਾ 'ਚ ਤੇ ਲਗਾਤਾਰ 3-4 ਦਿਨ ਤੋਂ ਗੋਲਾ ਬਰੂਦ ਡਿੱਗਦਾ ਵਾ ਹਰਿਆਣਾ ਵਾਲੇ ਪਾਸਿਓਂ ਅਥਰੂ ਗੈਸ ਦੇ ਗੋਲੇ ਡਿੱਗਦੇ ਆ ਤੇ ਗੋਲੀਆਂ ਵੱਜਦੀਆਂ ਥੋੜੀ ਸ਼ਾਂਤੀ ਬਣੀ ਹੋਈ ਆ ਕਿਉਂਕਿ ਕੇਂਦਰ ਦੇ ਨਾਲ ਮੀਟਿੰਗ ਹੋ ਰਹੀ ਆ ਇੱਕ ਦਿਨ ਬਾਅਦ ਦੇ ਵਿੱਚ ਕਿਉਂਕਿ ਕੱਲ ਦਾ ਦਿਨ ਨਹੀਂ ਪਰਸੋਂ ਫਿਰ ਕੇਂਦਰ ਨਾਲ ਮੀਟਿੰਗ ਹੋਣੀ ਆ ਰਾਤ ਦੇ ਸਮੇਂ ਹੋਈ ਸੀ ਆਸਵੰਦਾ ਸਾਰੇ ਹੀ ਕਿਉਂਕਿ ਮੀਟਿੰਗ ਇੱਕ ਨਤੀਜਿਆਂ ਦਾ ਹੱਲ ਹੁੰਦਾ ਵਾ ਜੇ ਕੋਈ ਚੰਗਾ ਨਤੀਜਾ ਨਿਕਲ ਆਵੇ ਤੇ ਇਹ ਕਿਸਾਨ ਜਿਹੜੇ ਕਈ ਦਿਨ ਤੋਂ ਇੱਥੇ ਬੈਠੇ ਹੈਗੇ ਅੱਜ ਚੌਥਾ ਦਿਨ ਤੇ ਇਹ 6ਵੇਂ ਦਿਨ ਤੋਂ ਬਾਅਦ ਵਾਪਸੀ ਕਰਨਗੇ ਨਹੀਂ ਤੇ 6ਵੇਂ ਦਿਨ ਤੋਂ ਬਾਅਦ ਰਣਨੀਤੀ ਕੀ ਹੋਊਗੀ ਇਹ ਤੇ ਕਿਸਾਨ ਆਗੂ ਦੱਸ ਸਕਦੇ ਆ ਪਰ ਆਵਾਮ ਜਿਹੜੀ ਹੈਗੀ ਆ ਜਿਹੜੀ ਪੰਜਾਬ ਦੀ ਆਵਾਮ ਆ ਜਾਂ ਵੱਖੋ ਵੱਖਰੇ ਥਾਵਾਂ ਤੋਂ ਲੋਕ ਆਏ ਆ ਉਹ ਕਹਿੰਦੇ ਸਾਨੂੰ ਆਵਾਜ਼ ਦੇ ਦਿਓ ਤੇ ਫਿਰ ਬੈਰੀਕੇਡਿੰਗ ਵੇਖਿਓ ਕਿੱਧਰਲੇ ਪਾਸੇ ਜਾਂਦੇ ਆ ਚਲੋ ਇਹ ਗੁਰੂ ਸਾਹਿਬ ਕਿਰਪਾ ਕਰਨ ਜੇ ਮਸਲੇ ਦਾ ਹੱਲ ਹੋਵੇ ਤੇ ਇੱਧਰਲੇ ਪਾਸੇ ਨੂੰ ਨਾ ਵਧਣ ਦੀ ਲੋੜ ਪਵੇ ਤੇ ਸ਼ਾਇਦ ਜਿਹੜੀ ਹੈਗੀ ਅਗਲੇ ਦਿਨਾਂ 'ਚ ਬੈਰੀਕੇਡ ਵੀ ਖੁੱਲ੍ਹ ਜੇ ਗੱਲਬਾਤ ਕਰਾਂਗੇ ਇਸੇ ਮਸਲੇ ਦੇ ਉੱਤੇ ਕਿਉਂਕਿ ਇੱਥੇ ਬੰਦੀ ਸਿੰਘਾਂ ਦੀ ਵੀ ਗੱਲ ਹੋ ਰਹੀ ਹੈ ਇੱਥੇ ਗੁਰੂ ਸਾਹਿਬ ਦੀਆਂ ਬੇਦਬੀਆਂ ਦਾ ਜੋ ਹੋਇਆ ਨਰਾਦਰ ਉਹਦੀ ਵੀ ਗੱਲਬਾਤ ਚੱਲੀ ਆ ਉਹਦੇ ਵਾਸਤੇ ਗੱਲਬਾਤ ਕਰਾਂਗੇ ਬਰਜਿੰਦਰ ਸਿੰਘ ਜੀ ਪਰਵਾਨਾ ਸਾਡੇ ਨਾਲ ਆ ਗੁਰਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਹੋ ਚੜ੍ਹਦੀ ਕਲਾ ਗੁਰੂ ਸਾਹਿਬ ਦਾ ਤਰਸ ਹੈ ਪਰ ਮਾਹੌਲ ਵੇਖ ਕੇ ਉੱਦਾਂ ਤਾਂ ਆਤਮਕ ਤੌਰ 'ਤੇ ਚੜ੍ਹਦੀ ਕਲਾ ਵਿੱਚ ਹਾਂ ਪਰ ਜਦੋਂ ਨੌਜਵਾਨਾਂ ਦਾ ਅਸੀਂ ਵੇਖੋ ਕਿ ਰਾਜਪੁਰੇ ਹਾਂ ਹਸਪਤਾਲ 'ਚ ਰੋਜ਼ ਦੋ ਦੋ ਕੇਂਦਰ ਗੇੜੇ ਨੇ ਹੁਣ ਵੀ ਹਸਪਤਾਲ 'ਚੋਂ ਹੀ ਆ ਰਹੇ ਹਾਂ ਦਵਾਈਆਂ ਲੈ ਕੇ ਇੱਥੇ ਪਾਣੀ ਲੈ ਕੇ ਆਏ ਹਾਂ ਪਰ ਜਦੋਂ ਵੇਖਦੇ ਹਾਂ ਵੀ ਖੱਟਦੇ ਕੁਝ ਨਹੀਂ ਪਏ 4 ਦਿਨ ਹੋ ਗਏ ਨੁਕਸਾਨ ਅਸੀਂ ਆਪਣਾ ਜ਼ਿਆਦਾ ਕਰਵਾ ਰਹੇ ਹਾਂ ਅਤੇ ਉੱਧਰੋਂ ਤੁਸੀਂ ਗੱਲ ਕਰ ਰਹੇ ਸੀ ਵੀ ਸਰਕਾਰ ਨਾਲ ਮੀਟਿੰਗ ਉੱਧਰੋਂ ਮੀਟਿੰਗ ਹੁੰਦੀ ਹੁੰਦੀ ਇੱਧਰ ਗੋਲੀਆਂ ਚੱਲਦੀਆਂ ਹੁੰਦੀਆਂ ਕਾਹਦੀਆਂ ਮੀਟਿੰਗਾਂ ਨੇ ਉਹ ਸਮਝ ਤੋਂ ਪਰੇ ਹੈ
ਕਾਹਦੀਆਂ ਮੀਟਿੰਗਾਂ ਨੇ, ਕੱਲ ਆਰ ਪਾਰ ਦੀ ਕਰਨੀ ਹੈ ਤੇ ਆਰ ਪਾਰ ਦੀ ਕਰੋ, ਨਹੀਂ ਕਰਨੀ ਤੇ ਵਾਪਸ ਆਪਣਾ ਆਪਣੇ ਘਰ ਨੂੰ ਚੱਲੀਏ, ਜਾਂ ਫਿਰ ਕੋਈ ਨੀਤੀ ਬਣਾਓ, ਨੀਤੀ ਬਣਾ ਕੇ ਦਿੱਲੀ ਪਹੁੰਚੋ, ਟ੍ਰੇਨਾਂ ਬਥੇਰੀਆਂ ਨੇ, ਫਿਰ ਟ੍ਰੇਨਾਂ 'ਤੇ ਜਾ ਕੇ ਬਹਿ ਕੇ ਉਹਨਾਂ ਦੀ ਵਰਤੋਂ ਜਾਓ, ਬਰਵਾਲੇ ਵਾਲੇ ਪਾਸਿਓ, ਯਮੁਨਾਨਗਰ ਪਾਸਿਓ, ਉੱਧਰ ਚਲੋ ਜੇ ਨੀਤੀ ਵਰਤਣੀ ਹੈ, ਪਰ ਜੇ ਫਿਰ ਨੁਕਸਾਨ ਹੀ ਕਰਾਉਣਾ ਫਿਰ ਇਕੱਠੇ ਹੋ ਕੇ ਫਿਰ ਹਮਲਾ ਮਾਰ ਲਓ। ਬੜਾ ਹੋਇਆ ਨਾ, ਜੇ ਆਪਾਂ 13 ਤਰੀਕ ਦੀ ਗੱਲ ਕਰੀਏ, ਨੌਜਵਾਨ ਬੱਚੇ ਬਜ਼ੁਰਗ ਸਾਡੇ ਜ਼ਖਮੀ ਹੋ ਗਏ ਨੇ, ਉਹ ਚੰਗੇ ਅੱਖਾਂ ਕਈ ਨੇ ਚਲੀਆਂ ਗਈਆਂ ਨੇ, ਕਈਆਂ ਦੇ ਮਤਲਬ ਟੰਗ ਹੋ 3-3 ਚੱਲ ਰਹੀਆਂ ਭਾਅ ਜੀ, ਹੁਣ ਤਾਂ ਬੰਦੂਕਾਂ ਦੀ ਚੱਲ ਰਹੀਆਂ ਨੇ, ਹੈ ਨਾ ਤੁਹਾਡੇ ਸਾਹਮਣੇ। ਉਹ ਫਿਰ ਦੁੱਖ ਇਸ ਗੱਲ ਦਾ, ਲਾਂਹ ਤਾਂ ਮੈਨੂੰ ਸ਼ਰਮ ਆਉਂਦੀ ਹੈ ਵੀ ਸਾਡੇ ਵਾਲੇ ਸੁੱਤੇ ਨੇ, ਜਦੋਂ ਡਰੋਨ ਆਉਂਦਾ ਡਰੋਨ ਇੱਧਰ ਆਉਂਦਾ, ਇਹ ਤਾਂ ਪੰਜਾਬ ਪੁਲਿਸ ਗੋਲੀ ਮਾਰ ਕੇ ਡਰੋਨ ਦੇਖ ਸਕਦੀ ਉਹਨਾਂ ਦਾ। ਸ਼ਾਂਤ ਬੈਠੇ ਹੋਏ ਜੀ, ਮੈਂ ਤਾਂ ਅੱਗੇ ਗੱਲ ਕਰਦਾ ਸੀ, ਜ਼ਿੰਮੇਵਾਰੀ ਹੈ ਸਰਕਾਰ ਦੀ ਵੀ ਸਾਡੀ ਪਾਸ ਸਾਡੀ ਅੱਜ ਡਰੋਨ ਕਿਵੇਂ ਆ ਗਿਆ, ਸਾਨੂੰ ਪਤੰਗ ਚੜਾਉਣੇ ਪੈ ਗਏ, ਜੇ ਸਾਡੇ ਵਰਗਾ 3-3 ਚਲਾ ਦੇ ਜਾਂ AK-47 ਸਾਨੂੰ ਕਹਿਣਗੇ ਤਾਂ ਫਿਰ ਬੰਦੂਕਾਂ ਚੱਕੇ ਫਿਰਦੇ ਨੇ। ਕਿੱਧਰ ਇੱਕ ਡਾਂਗ ਬੜੀ ਖੜਕ ਰਹੀ ਆ ਤੇ ਇੱਕ ਡਾਂਗ ਬੜੀ ਸ਼ਾਂਤ ਬੈਠੀ ਹੋਈ ਆ, ਇਹਨੂੰ ਕਿਵੇਂ ਵੇਖਦੇ ਹੋ? ਜੋ ਪੰਜਾਬ ਵਾਲੀ ਡਾਂਗ ਨਾ ਹਮੇਸ਼ਾ ਹੀ ਖੜਕਦੀ ਰਹਿੰਦੀ ਆ, ਸੰਗਰੂਰ 'ਚ ਥੋੜ੍ਹੇ ਦਿਨ ਪਹਿਲਾਂ ਖੜਕੀ ਸੀ, ਆਮ ਹੀ ਖੜਕਦੀ ਆ, ਕਹਿੰਦੇ ਸੀ ਕਿ ਡਾਂਗ ਜਾਂ ਧਰਨੇ ਨਹੀਂ ਲੱਗਣਗੇ ਪੰਜਾਬ 'ਚ, ਥੋੜ੍ਹਾ ਕੁ ਸਮਾਂ ਪਹਿਲਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਆ ਗਈ ਨਾ ਤੇ ਧਰਨੇ ਨਹੀਂ ਲੱਗਣਗੇ ਪੰਜਾਬ ਦੇ ਵਿੱਚ, ਧਰਨੇ ਵੀ ਜ਼ਿਆਦਾ ਹੋ ਗਏ ਤੇ ਡਾਂਗ ਵੀ ਉੱਦਾਂ ਹੀ ਖੜਕ ਰਹੀ ਹੈ। ਦੇਖੋ ਦੇਖੋ ਭਾਅ ਜੀ, ਕੁਰਸੀ ਉਹੀ ਰਹਿੰਦੀ ਆ, ਚਿਹਰੇ ਬਦਲ ਜਾਂਦੇ ਨੇ, ਕੇਵਲ ਕੰਮ ਉਹੀ ਰਹਿੰਦਾ, ਸਿਸਟਮ ਉਹੀ ਰਹਿੰਦਾ। ਦੇਖੋ ਅਸੀਂ ਸਰਕਾਰਾਂ ਕੀ ਕਰਦੀਆਂ ਨੇ ਕੀ ਨਹੀਂ ਕਰਦੀਆਂ, ਦੈਟ ਸੈਪਰੇਟ ਮੈਟਰ, ਨਾ ਅਸੀਂ ਪੋਲੀਟੀਕਲ ਬੰਦੇ ਹਾਂ ਅਤੇ ਨਾ ਸਾਡੇ 'ਤੇ ਕੋਈ ਇਸ ਗੱਲ ਦਾ 1% ਦਾਅਵਾ ਕਰ ਸਕਦਾ ਵੀ ਫਲਾਣੀ ਪਾਰਟੀ ਨਾਲ ਜੁੜੇ ਹਾਂ। ਪਹਿਲੇ ਦਿਨ ਤੋਂ ਗੁਰੂ ਸਾਹਿਬ ਦਾ ਦੱਸਦੇ ਅਕਾਲ ਪੁਰਖ ਦੀ ਪਾਰਟੀ ਹੈ, ਉਹਦੇ ਨਾਲ ਹੀ ਤੁਰਨਾ ਅਤੇ ਮਰਨਾ, ਹੈ ਨਾ। 9 ਪਰਚੇ ਚੱਲਦੇ ਨੇ ਮੇਰੇ 'ਤੇ, ਕੋਈ ਪਰਵਾਹ ਕੋਈ ਨਹੀਂ, ਹੁਣ ਵੀ ਚੜ੍ਹਦੀ ਕਲਾਂ 'ਚ ਸਮਾਂ ਭਾਵੇਂ ਇੱਥੇ ਪੈ ਜੇ, ਚੌਥਾ ਦਿਨ ਨਾ ਇੱਥੋਂ ਅੱਗੋਂ ਹੀ ਮੁੜ ਕੇ ਜਾਈਦਾ, ਸਿਰੇ ਖੜ ਕੇ ਜਾਈਦਾ, ਵਰਦੇ ਬੰਬਾ 'ਚ ਵੀ ਖੜ ਕੇ ਜਾਈਦਾ, ਹੈ ਨਾ। ਪਰ ਅਸੀਂ ਨਾ ਪਹਿਲੇ ਦਿਨ ਤੋਂ ਸੰਯੁਕਤ ਇਹਨਾਂ ਦੇ ਮੋਰਚੇ ਦਾ ਨਾ ਪਹਿਲਾ ਹਿੱਸਾ ਸੀ, ਕਿਉਂ ਪਿਛਲੀ ਵਾਰ ਅਸੀਂ ਸੇਵਾ ਕੀਤੀ, ਨਿਸ਼ਾਨ ਚੜ੍ਹਾਏ ਤਾਂ ਸਾਨੂੰ ਖਾਲਿਸਤਾਨੀ, ਸਾਨੂੰ ਗੱਦਾਰ ਬਾਈ ਦੀਪ ਸਿੱਧੂ ਵੀ, ਉਹ ਸੱਚ ਕਰਦਾ ਕਰਦਾ ਮਰ ਕੇ ਆਪਣੇ ਆਪ ਸੱਚਾ ਸਾਬਤ ਹੋਇਆ। ਜਦੋਂ ਅਸੀਂ ਇਸ ਵਾਰ ਹਿੱਸਾ ਬਣਨਾ ਵੀ ਨਹੀਂ ਚਾਹੁੰਦੇ, ਸਾਡਾ ਮਕਸਦ ਸੇਵਾ ਕਰਨਾ, ਸੇਵਾ ਕਰ ਰਹੇ ਹਾਂ, ਪਰ ਜੇ ਲੜਨਾ ਪਿਆ ਲੜਨ ਨੂੰ ਅਸੀਂ ਅੱਗੇ ਆਪਣੇ ਭਰਾਵਾਂ ਨਾਲ ਖੜਾਂਗੇ, ਡਾਹ ਕੇ ਖੜਾਂਗੇ, ਕੋਈ ਐਡੀ ਗੱਲ ਨਹੀਂ। ਉਮਰ ਹੁਣ ਭਾਜੀ 40-42 ਸਾਲ ਹੋ ਗਈ ਆ, ਹੋਰ ਕਿੰਨੀ ਕੁ ਉਮਰ ਰਹਿ ਗਈ ਹੈ। ਲੜਨਾ ਕਿਤੇ ਲੜਨਾ ਵੀ ਆਪਣਾ ਜੀ, ਇੱਕ ਇੱਕ ਨਾਰਾ ਸੀ ਜੈ ਜਵਾਨ ਤੇ ਜੈ ਕਿਸਾਨ ਦਾ, ਹੈ ਨਾ, ਉਸ ਨਾਰੇ ਨੂੰ ਹਮੇਸ਼ਾ ਹੀ ਹੁਣ ਵਿਰੋਧੀ ਕਰ ਦਿੱਤਾ ਗਿਆ, ਉੱਧਰ ਜਵਾਨ ਤੇ ਇੱਧਰ ਕਿਸਾਨ, ਦੋਵੇਂ ਚੀਜ਼ਾਂ ਆਮੋ ਸਾਹਮਣੇ। ਗੱਲ ਕੀ ਹੈ, ਸਾਡੀਆਂ ਸਰਕਾਰਾਂ ਦਾ ਸਿਸਟਮ ਹੈ, ਸਰਕਾਰਾਂ ਪੋਲੀਟੀਕਲ ਸਿਸਟਮ ਬੜਾ ਡੂੰਘਾ ਸਿਸਟਮ, ਅਸੀਂ ਜਿੱਥੇ ਸਾਡੀ ਸੋਚ ਖਤਮ ਹੁੰਦੀ ਹੈ ਖਤਮ ਉੱਥੋਂ ਸ਼ੁਰੂ ਕਰਦੇ ਨੇ ਸੋਚਣਾ। ਪਰ ਦੁੱਖ ਇਸ ਗੱਲ ਦਾ ਹੈ ਵੀ ਜਿਹੜੀਆਂ ਦੇਖੋ ਐਡਾ ਵੱਡਾ ਹਿਸਟਰੀ ਬਣ ਗਈ ਸੀ ਦਿੱਲੀ ਵਾਲਾ ਮੋਰਚਾ, ਬਾਈ ਦੀਪ ਸਿੱਧੂ ਕਹਿੰਦਾ ਰਿਹਾ ਗਰੰਟੀ ਲੈ ਕੇ ਤਰੀਕੇ ਨਾਲ ਉਹ ਉੱਠੋ, ਪਰ ਉਦੋਂ ਰਾਜੇਵਾਲ ਨੂੰ ਕਾਹਲੀ ਸੀ ਵੀ ਮੈਂ CM ਬਣ ਜਾ, MP ਨੂੰ ਚਰੂਨੀ ਨੂੰ ਕਾਹਲੀ ਸੀ ਵੀ ਅਸੀਂ ਵੀ MLA MP ਬਣ ਜਾਈਏ, ਸੋ ਉਹਦੇ ਕਰਕੇ ਭੱਜੇ ਉੱਥੋਂ। ਔਰ ਜੇ ਅੱਜ ਹੁਣ ਇੱਕ ਮਿੰਟ ਛੱਡੋ ਯਾਰ, ਤੁਹਾਡੀ ਉਹਨਾਂ ਨਾਲ ਨਹੀਂ ਬਣਦੀ, ਇਹ ਜਥੇਬੰਦੀਆਂ ਨਾਲ ਨਹੀਂ ਬਣਦੀ, ਪਰ ਇਹ ਚੱਲੇ ਕਾਹਦੇ ਵਾਸਤੇ ਨੇ, ਚੱਲੇ ਤੇ ਫਿਰ ਕਿਸਾਨਾਂ ਵਾਸਤੇ ਨੇ, ਕੋਈ ਆਪਣੇ ਵਾਸਤੇ ਤਾਂ ਚੱਲੇ ਨਹੀਂ। ਹੁਣ ਅਸੀਂ ਇੱਥੇ ਖੜੇ ਹਾਂ, ਬਣਦੀ ਤਾਂ ਸਾਡੀ ਵੀ ਨਹੀਂ ਇਹਨਾਂ ਦੇ ਨਾਲ, ਪਰ ਅਸੀਂ ਫਿਰ ਖੜੇ ਹਾਂ, ਅਸੀਂ ਇਹਨਾਂ ਵਾਸਤੇ ਥੋੜ੍ਹੀ ਖੜੇ ਹਾਂ, ਆਪਣੇ ਕਿਸਾਨ ਭਰਾਵਾਂ ਵਾਸਤੇ ਸੇਵਾ ਕਰ ਰਹੇ ਹਾਂ, ਜਥੇਬੰਦੀਆਂ ਵਾਸਤੇ ਨਹੀਂ ਖੜੇ, ਅਸੀਂ ਆਪਣੇ ਭਰਾ ਵਾਸਤੇ ਖੜੇ ਹਾਂ। ਜਿਹੜਾ ਖੜਨਾ ਅੰਮ੍ਰਿਤਸਰ ਤੋਂ ਸਵੇਰੇ ਚੱਲਿਆ ਸੀ ਤੇ ਸੋਚਿਆ ਸੀ ਕਿ ਹਰ ਤਸਵੀਰ ਦਿਖਾਉਣੀ ਹੈ ਜੀ ਪੰਜਾਬ ਦਾ ਮਾਹੌਲ ਕੀ ਆ, ਲੁਧਿਆਣਾ, ਖੰਨਾ, ਮੰਡੀ, ਗੋਬਿੰਦਗੜ੍ਹ, ਫਲੌਰ, ਸਾਰੇ ਥਾਵਾਂ ਤੋਂ ਮਿਲੇ ਉਹਨਾਂ ਨੂੰ, ਔਰ ਬੋਝ ਹੀ ਆਉਂਦੀ ਇੱਕ ਦੂਜੇ ਵਾਲੀ, ਕਿ ਉਹ ਕਹਿੰਦੇ ਆ ਕਿ ਉੱਥੇ ਜਿਹੜੇ ਬੈਠੇ ਆ ਸਾਨੂੰ ਦੱਸ ਕੇ ਨਹੀਂ ਗਏ, ਕਿਹਾ ਉਹਨਾਂ ਦੇ ਕੈਡਰ ਨੇ, ਕਿਹਾ ਖਾਸ ਕਰ ਥੱਲੇ ਵਾਲੇ ਨੇ, ਉਹ ਕਹਿੰਦੇ ਕਿ ਸਾਨੂੰ ਦੱਸਿਆ ਹੀ ਨਹੀਂ। ਮੈਂ ਜਦੋਂ ਖੰਨੇ ਖੜਾ ਸੀ ਨਾ, ਸੋਰੀ ਫਲੌਰ, ਤੇ ਸਾਡੇ ਮਾਈਕ ਤੋਂ ਵੀ ਦੂਰ ਗਏ, ਉਹ ਕੋਸ਼ਿਸ਼ ਕੀਤੀ, ਹੁਣ ਮੈਂ ਮਾਈਕ ਲੈ ਕੇ ਸਟੇਜ ਤੇ ਚਲਾ ਗਿਆ, ਹਾਂ, ਤੇ ਮੈਂ ਉਹਨਾਂ ਨੂੰ ਗੱਲ ਕੀਤੀ ਤੇ ਉਹ ਕਹਿੰਦੇ ਕਿ ਸਾਨੂੰ ਬੰਦ ਕੀਤਾ ਹੋਇਆ ਕਿ ਉੱਪਰੋਂ ਬੋਲਣਾ, ਉਹ ਮੈਂ ਕਿਹਾ ਉੱਪਰੋਂ ਤੇ ਸਰਕਾਰਾਂ ਨੂੰ ਸੁਨੇਹੇ ਆਉਂਦੇ ਹੁੰਦੇ ਆ, ਤੁਹਾਨੂੰ ਕਿਹਨੇ ਬੰਦ ਕੀਤਾ, ਆਪਾਂ ਗਲਤ ਕਰ ਸਕਦੇ ਹਾਂ ਨਾ, ਉਹ ਕਹਿੰਦੇ ਅਸੀਂ ਤਾਂ ਹਮਾਇਤ ਕਰਦੇ ਹਾਂ, ਜੇ ਸਾਡਾ ਜਿੰਨ ਚਿਰ ਲੀਡਰਸ਼ਿਪ ਉੱਪਰਲੀ ਲੀਡਰਸ਼ਿਪ ਨਿਹੜਾ ਕਹੂਗੀ ਉਹਨਾਂ ਚਿਰ ਹਮਾਇਤ ਨਹੀਂ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਤੁਹਾਡਾ ਚੈਨਲ ਦਾ ਬਹੁਤ ਧੰਨਵਾਦ, ਤੁਸੀਂ ਸਾਡੇ ਹਰੇਕ ਪੋਜ਼ਿਟਿਵ ਪੱਖ ਦਿਖਾਉਂਦੇ ਹੋ। ਗੱਲ ਇਹ ਹੈ ਵੀ ਉਹ ਤਾਂ ਕਿਸਾਨ ਆਗੂ ਨੇ, ਉਹਨਾਂ ਨੂੰ ਸਾਰਾ ਕੁਛ ਕਿਸਾਨ ਆਗੂ ਹੋਣਾ ਦੇ ਨਾਮ 'ਤੇ ਮਿਲਿਆ, ਸ਼ੋਹਰਤ ਮਿਲ ਲਓ, ਰੁਤਬਾ ਮਿਲ ਲਓ, ਇੱਜ਼ਤ ਮਿਲ ਲਓ, ਜਿਵੇਂ ਸਾਨੂੰ ਬਲੌਗਰਾਂ ਦੇ ਟਾਈਪ ਤੋਂ ਮਿਲਿਆ, ਠੀਕ ਹੈ ਜੀ। ਜੇ ਉਹ ਕਹਿੰਦੇ ਨੇ ਵੀ ਸਾਨੂੰ ਕਿਸੇ ਨੇ ਬੁਲਾਇਆ ਨਹੀਂ, ਉਹਨਾਂ ਦਾ ਕੀਤਾ ਤਾਂ ਕਿਸਾਨੀ ਹੈ ਨਾ ਬਾਈ ਜੀ। ਜੇ ਹੁਣ ਮੇਰੀ ਦੁਕਾਨ ਦੇ ਵਿੱਚ 15 ਮੁਲਾਜ਼ਮ ਨੇ, 2 ਮੁਲਾਜ਼ਮਾਂ ਦੀ ਆਪਸ 'ਚ ਨਹੀਂ ਬਣਦੀ, ਉਹਨਾਂ ਦਾ ਕੰਮ ਤਾਂ ਸ਼ੂਜ਼ ਵੇਚਣਾ ਨਾ, ਉਹਨਾਂ ਦੀ ਬਣੇ ਨਾ ਬਣੇ ਮੇਰਾ ਕੰਮ ਤਾਂ ਚੱਲਣਾ ਚਾਹੀਦਾ ਨਾ, ਸਾਡੇ ਕਾਨੂੰਨ ਤਾਂ ਰੱਦ ਹੋਣੇ ਚਾਹੀਦੇ ਆ ਨਾ। ਜੇ ਸੇਠੀ ਨੂੰ ਅਧਿਕਾਰ ਹੈ ਵੀ ਬੂਟ ਉਹ ਆਪਣੀ ਮਰਜ਼ੀ ਦੇ ਰੇਟ ਤੇ ਵੇਚ ਸਕਦਾ, ਤੇ ਕਿਸਾਨਾਂ ਨੂੰ ਬਾਈ ਜੀ ਕਿਉਂ ਨਹੀਂ ਹੈਗਾ? ਆਲੂ ਵੀ ਸੜਕਾਂ ਤੇ ਹੁਣ ਦਾ, ਇੱਕ ਚੀਜ਼ ਮੈਨੂੰ ਦੱਸਿਓ, ਪ੍ਰੋਬਲਮ ਸਾਰਿਆਂ ਨੂੰ ਆ ਰਹੀ ਕਿ ਮੈਨੂੰ ਹੀ ਖੰਘ ਦੇ ਆਉਂਦੀ ਹੈਗਾ? ਗੱਲ ਪਤਾ ਕੀ ਹੈ, ਹੁਣ ਛੱਡੇ, ਦੂਜੀ ਗੱਲ ਪਤਾ ਕੀ ਹੈ, 14 ਮੀਟਿੰਗਾਂ
ਕਹਿੰਦਾ ਉਹਦੇ 'ਚ MSP ਦੀ ਕੋਈ ਗੱਲ ਨਹੀਂ ਕੀਤੀ। ਚੜੂਨੀ ਨੂੰ ਹੋਣਾ ਹੀ ਗੱਲ ਚੇਤੇ। ਗੱਲ ਸੋਚਣ ਵਾਲੀ ਇਹ ਆ ਵੀ ਸਾਡਾ ਜਿਵੇਂ ਪੰਜਾਬੀ 'ਚ ਕਹਿੰਦੇ ਗੱਲ ਲੱਗਦਾ ਸ਼ਬਦ ਬੋਲਦਾ ਕਿਉਂ ਕੀ ਲੱਗਦਾ ਥੋੜਾ ਪਿੱਛੇ ਨੂੰ ਹਟ ਜਾਓ ਜਿੱਥੇ ਮਰਜ਼ੀ ਹੋ ਜਾਓ ਇਹ ਕੈਮੀਕਲ ਤੇ ਹੁਣ ਸਵਾਦ ਲੈਣਾ ਹੀ ਪੈਣਾ ਕੋਈ ਗੱਲ ਨੀ। ਮੈਂ ਉਹਨਾਂ 12 ਤਰੀਕ ਤੋਂ ਸਵਾਦ ਲਿਆ ਹੋਇਆ ਜਦੋਂ 12 ਨੂੰ ਪਹਿਲੇ ਨੂੰ ਛੱਡੇ ਸੀ ਨਾ ਅਸੀਂ ਉਹ ਵੀ ਸਵਾਦ ਚੱਕਿਆ ਹੋਇਆ ਸਵਾਦ ਵੀ ਲੈ ਲਿਆ ਇਹਨੇ ਤਾਂ ਗੋਡੇ ਤੇ ਲੱਗੇ ਪੈਨੇ ਦੇ ਇਹਨੇ ਸ਼ਰਦੇ ਦੇ ਵੀ ਸਵਾਦ ਲੈ ਲਿਆ। ਸੋ ਜਿਹੜੀ ਮੈਂ ਹੁਣ ਗੱਲ ਕਰਨ ਲੱਗਾ ਗੱਲ ਇਹ ਹੈ ਵੱਡੇ ਵੀਰ ਵੀ 14 ਮੀਟਿੰਗਾਂ ਕਰਕੇ ਵੀ ਇਹਨਾਂ ਨੇ ਕੱਖ ਨਹੀਂ ਖੱਟਿਆ ਸਰਕਾਰ ਨਾਲ ਤੇ ਹੁਣ ਫਿਰ ਇਹ ਦੇਖੋ ਮੋਰਚੇ ਜੇ ਉਹਨੂੰ ਕਹਿ ਦਈਏ ਵੀ ਮੋਰਚਾ ਦੇਖੋ ਪੰਜਾਬ ਤੇ ਨੌਜਵਾਨ ਫਿਰ ਉਵੇਂ ਬੈਠੇ ਨੇ ਫਿਰ ਉਵੇਂ ਜੁਝਾਰੂ ਲੜਨ ਮਰਨ ਨੂੰ ਬੈਠੇ ਨੇ। ਪਰ ਮੈਂ ਕਹਿ ਰਿਹਾ ਵੀ ਸਰਕਾਰ ਹਮੇਸ਼ਾ ਸਾਡਾ ਸ਼ਿਕਾਰ ਕਰਨ ਨਾਲ ਲੋਚਦੀ ਰਹੀ ਆ ਤੇ ਉਹ ਸਰਕਾਰਾਂ ਕਾਮਯਾਬ ਹੋਈਆਂ ਨੇ ਸਾਡੇ ਸ਼ਿਕਾਰ ਕਰਨ 'ਚ ਪਰ ਅਸੀਂ ਵੀ ਕਾਮਯਾਬੀਆਂ ਖੱਟੀਆਂ ਨੇ ਜਵਾਬ ਅਸੀਂ ਵੀ ਦਿੱਤੇ ਨੇ ਐਸੀ ਗੱਲ ਨਹੀਂ ਸਾਡੇ ਯੋਧਿਆਂ ਨੇ ਜਵਾਬ ਦਿੱਤੇ ਨੇ ਸਮੇਂ ਸਿਰ ਦਿੱਤੇ ਨੇ ਭਾਵੇਂ 4 ਮਹੀਨੇ ਬਾਅਦ ਦਿੱਤੇ ਨੇ ਭਾਵੇਂ ਨਾਲ ਦਿੱਤਾ ਪਰ ਅੱਜ ਵੀ ਸਰਕਾਰ ਸਾਡਾ ਸ਼ਿਕਾਰ ਸ਼ੂਟ ਆਨ ਸਾਈਡ ਦੇ ਆਰਡਰ ਹੋ ਚੁੱਕੇ ਨੇ। ਕੱਲ੍ਹ ਦੀ ਮੈਂ ਗੱਲ ਕਰਦਾ ਗੱਲ ਮੈਂ ਨਾ ਇਹ ਗੱਲ ਕਹਿੰਦੇ ਆਪਾਂ ਨੀਤੀ ਦੇ ਹਿਸਾਬ ਨਾਲ ਚੱਲੀਏ ਠੀਕ ਹੈ ਕੋਈ ਕੰਟਰੋਲ ਨਹੀਂ ਹੈਗਾ ਉਹ ਚੱਲਦੇ ਨੇ ਦਿਮਾਗ ਨਾਲ। ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ ਆ ਮੈਂ ਪਾਣੀ 'ਚ ਖੜਾ 12 ਤਰੀਕ ਦੀ ਚੀਜ਼ ਹੈ 12-13 ਦੀ ਇਹ ਹੈ ਨਾ ਪਹਿਲੇ ਦਿਨ ਦੀ ਮੈਂ ਪਾਣੀ 'ਚ ਖੜਾ ਤੁਸੀਂ ਉਹਨਾਂ ਦਾ ਦਿਮਾਗ ਦੇਖੋ ਬਾਬਾ ਜੀ ਆ ਪਾਣੀ 'ਚ ਖੜਾ ਇਹ ਪਿੰਕ ਜਿਹੇ ਕਲਰ ਦਾ ਪਾਣੀ ਹੈ ਬਾਈ ਜੀ ਇਹ ਬੂਟ ਗਲ ਚੁੱਕੇ ਨੇ ਔਰ ਮੇਰੇ ਪੈਰਾਂ 'ਚੋਂ ਸਮੈਲ ਨਹੀਂ ਖਾਜ ਨਹੀਂ ਜਾ ਰਹੀ ਹੈਗੀ ਬਾਈ ਜੀ ਕੈਮੀਕਲ ਪਾਇਆ ਹੁਣ ਆਪਾਂ ਇੱਥੇ ਹੁਣੇ ਖੜੇ ਸੀਗੇ ਤੁਸੀਂ ਦੇਖੋ ਮਾਹੌਲ ਕਿਵੇਂ ਚੇਂਜ ਹੁੰਦਾ ਅਸੀਂ ਮੂਹਰੇ ਬੈਠੇ 2 ਘੰਟੇ ਹੋ ਗਏ ਬਾਬਾ ਜੀ ਵੀ ਆ ਕੇ ਨੇ ਕੁਛ ਨਹੀਂ ਹੋਇਆ ਆ 5 ਮਿੰਟ 'ਚ ਕੀ ਹੋ ਗਿਆ ਵੀਰੇ ਆ ਕੀ ਹੋ ਰਿਹਾ ਆਪਾਂ ਨੂੰ ਹਜੇ ਤਾਂ ਆਪਾਂ ਇੰਟਰਵਿਊ ਲਾਈਵ ਕਰ ਰਹੇ ਹਾਂ ਮਤਲਬ ਉਹ ਦਿਮਾਗ ਨਾਲ ਚੱਲ ਰਹੇ ਜੋ ਵੱਡਾ ਬਾਈ ਕਹਿੰਦਾ ਵੀਰੇ ਕਹਿੰਦਾ ਵੀ ਰਣਨੀਤੀ ਨਾਲ ਚੱਲੀਏ ਆਪਾਂ ਉਦਾਂ ਹੀ ਨੁਕਸਾਨ ਨਾ ਕਰੀਏ 5 ਜਾਣੇ ਉੱਠਦੇ ਆ 5 ਜਾਣੇ ਉੱਠਦੇ ਆ ਜਾ ਕੇ ਉਹਨਾਂ ਤੋਂ ਛਿੱਤਰ ਕਾ ਕੇ ਜੁੱਤਾਂ ਬਣਾਉਣ ਲਈ ਬਹੁਤ ਭਰਾ ਨੇ ਸਾਡੇ ਕੋਲ ਕਿਸੇ ਸਲਾਹ ਹੀ ਨਹੀਂ ਲੈ ਰਹੇ ਕਿਸੇ ਦੀ ਬਾਈ ਜੀ ਜੇ 500 ਮੁੰਡਾ ਉੱਠ ਕੇ ਇੱਕੋਦਮ ਚੱਲ ਜਾਵੇ ਕੌਣ ਰੋਕ ਲੂਗਾ ਹੁਣ ਆਪਾਂ ਜਾਪ ਕਰਦੇ ਬੈਠੇ ਸੀ ਉਹ ਵੀ ਦਿਮਾਗ ਲਾ ਰਹੇ ਨੇ ਨਾ ਆਪਾਂ ਵੀ ਲਾ ਸਕਦੇ ਹਾਂ ਆਪਾਂ ਨੂੰ ਜੇ ਕਿਸਾਨ ਆਗੂ ਕਹਿਣ ਅਸੀਂ ਕਿਸੇ ਤੋਂ ਵੱਡੇ ਨਹੀਂ ਸਲਾਹ ਦੇਣ ਜੋਗੇ ਪਰ ਅਸੀਂ ਵੀ ਇਹਦਾ ਹਿੱਸਾ ਵਾਂ ਹਾਲੇ ਮੈਨੂੰ ਇਹ ਤੋਂ ਕੁਛ ਵੀ ਨਹੀਂ ਮਿਲਣਾ ਮੇਰਾ ਵਪਾਰ ਕੁਛ ਹੋਰ ਹੈ ਠੀਕ ਹੈ ਪਰ ਮੇਰੇ ਜਜ਼ਬਾਤ ਨੇ ਬਾਈ ਨੇ ਵੀ ਇਮੋਸ਼ਨਲ ਹੋ ਕੇ ਪਰਚੇ ਕਰਾਏ ਵੀ ਨੇ ਵੀ ਮੈਂ ਵੀ ਕਰਵਾਏ ਨੇ ਔਰ ਕਿਹੜੇ ਕਿਹੜੇ ਨਹੀਂ ਹੋਏ ਤੁਹਾਨੂੰ ਵੀ ਪਤਾ ਹੈ ਨਾ ਮਤਲਬ ਸਾਰੇ ਤੁਹਾਡੀ ਵੀਡੀਓ ਵੇਖ ਕੇ ਵੀ ਬੜਾ ਆਪਣੇ ਆਪ ਨੂੰ ਪਰੇਸ਼ਾਨ ਹੋਏ ਕਿ ਗੁਰੂ ਦੀ ਗੱਲ ਕੀਤੀ ਤੇ ਗੁਟਕਾ ਸਭ ਖਾਲਤੇ ਵੀਰ ਨੇ ਕਿਹਾ ਬੇਦਬੀਆਂ ਹੋਈਆਂ ਤੇ ਪਰਚਾ ਹੀ ਇਹਨਾਂ ਦਾ ਦਰਜ ਹੋ ਗਿਆ ਜੀ ਕਿਆ ਬਾਤ ਬਿਲਕੁਲ ਬਿਨਾਂ ਝਰੀੜ ਤੋਂ ਬੰਦਾ ਦਰਾਹੇ ਥਾਣੇ 'ਚ ਦਿੱਤਾ ਹੈ ਜੇ ਮੈਂ ਕੰਟਰੋਵਰਸੀ ਵਾਲਾ ਬੰਦਾ ਹੁੰਦਾ ਮੈਂ ਉੱਥੇ ਹੁੰਦਾ ਲਾਈਵ ਬਾਈ ਵਰਗਿਆਂ ਨੂੰ ਕਹਿਣਾ ਬਾਈ ਜੀ ਆ ਜਾਓ ਬੇਦ ਵੀ ਹੋ ਗਈ ਉੱਥੇ ਬਾਈ ਜੀ ਦਰਾਹੇ ਥਾਣੇ 'ਚ ਬੰਦੇ ਨਹੀਂ ਪੂਰੇ ਹੋਣੇ ਸੀਗੇ ਮੈਂ 20 ਜਾਣੇ ਤੋਂ ਵੱਧ ਗੱਲ ਨਹੀਂ ਪਤਾ ਕਿਸੇ ਨੂੰ ਲੱਗਣ ਦਿੱਤੀ ਵੀ ਕਿਉਂ ਆਪਣੇ ਇਲਾਕੇ ਵੀ ਤੁਹਾਡੇ ਤੇ ਹੀ ਹੋ ਗਿਆ ਬਾਈ ਜੀ 5 ਧਾਰਾ ਲਾ ਕੇ ਚੈਨੀ ਚੋਰ ਦਾ ਪਰਚਾ ਮੇਰੇ ਨਾ ਨਾ 5000 ਚੋਰੀ ਦਾ ਕੋਈ ਦੁਨੀਆ ਦਾ ਬੇਵਕੂਫ ਹੋਊਗਾ ਜਿਹੜਾ ਤੋਇਰਾ ਮੁੰਡੇ ਲੈ ਕੇ ਥਾਰ ਲੈ ਕੇ ਇੰਨਾ ਸੋਨਾ ਪਾ ਕੇ ਉਹਦੇ ਘਰੋਂ 5000 ਚੱਕਣ ਜਾਊਗਾ ਔਰ ਦੂਜੀ ਧਾਰਾ ਕੀ ਹੈ ਵੀ ਉਹਦੇ ਘਰੋਂ ਅੰਗ ਲੈ ਕੇ ਆਉਣੇ ਬਾਈ ਜੀ ਅੰਗ ਤਾਂ ਅੰਦਰ ਸੁੱਟੇ ਤੇ ਮੈਂ ਕਿਵੇਂ ਹੁਣ ਮੈਂ ਬਲੂਟੁੱਥ ਨਾਲ ਅੰਗ ਚੱਕਦਾ। ਅੱਛਾ SGPC ਦੀ ਗੱਲ ਸੁਣ ਲਓ ਜਦੋਂ ਮੈਂ ਡਰਦਾ ਨਹੀਂ ਸੀ ਗੱਲ ਕਹਿਣ ਲੱਗੇ SGPC ਸੁਣੋ ਮੇਰੇ ਕੋਲ 4-4:30 ਵਜੇ ਤੱਕ ਵੀਰੇ ਉਹ ਆ ਗਏ ਅੰਗ ਲਏ ਉਸ ਤੋਂ ਬਾਅਦ ਬਾਈ ਜੀ ਮੈਂ ਉਹਨਾਂ ਨਾਲ ਬੜੀ ਕੋਸ਼ਿਸ਼ ਕੀਤੀ ਹੈ ਵੀ ਮੈਨੂੰ ਡਰਾਇਆ ਧਮਕਾਰਾ ਜਾ ਰਿਹਾ ਮੈਨੂੰ ਥ੍ਰੈਟ ਮਿਲ ਰਹੇ ਨੇ ਮੈਂ ਪਟੀਸ਼ਨ ਵੀ ਪਾਈ ਹੈ ਉਹਨਾਂ ਨੇ ਮੇਰੀ ਗੱਲ ਚੰਗ ਸਮਝਣੀ ਜ਼ਰੂਰੀ ਨਹੀਂ ਸਮਝੀ ਆਹ ਤਾਂ ਰੁਤਬਾ ਜੀ ਗੱਲ ਪਤਾ ਕੀ ਪਰਚਿਆਂ ਦੀ ਤਾਂ ਮੈਂ ਕਈ ਵਾਰ ਆਪਣੀ ਕਹਾਵਤ ਹੈ 8-8 ਹੋਈ ਪਈ ਹੈ ਹੁਣ ਤਾਂ ਹੁਣ ਮੈਂ ਤਾਂ 8 ਵੀ ਟੱਪ ਗਿਆ ਬਣ ਗਈਆਂ ਨਾ ਨਾ ਹੋ ਗਏ ਨਹੀਂ ਆਜੇ ਕ੍ਰਾਈਮ ਬ੍ਰਾਂਚ ਆਜੇ ਹੈ ਨਾ ਕੱਲ ਬੜੀ ਚਲੋ ਹੁਣ ਇੱਥੇ ਆ ਜੇ ਸਾਡੇ ਵਰਗਾ ਵੀ ਇੱਥੇ ਖੜ ਕੇ ਨੌਜਵਾਨ ਨਾਲ ਗੱਲ ਕਰ ਲਏ ਜਾਂ ਅਸੀਂ ਕਹਿ ਦੇ ਵੀ ਜਾਣਾ ਹੈ ਸਾਨੂੰ ਕਹਿਣਗੇ ਵੀ ਭੜਕਾਉਣ ਆ ਗਏ ਜੇ ਅਸੀਂ ਇੱਥੇ ਨਾ ਆਈਏ ਤਾਂ ਅਸੀਂ ਮਾੜੇ ਆਏ ਤਾਂ ਮਾੜੇ ਜੇ ਅਸੀਂ ਮੰਨ ਲਓ ਹੁਣ ਸੇਵਾ ਕਰਨ ਲੱਗੇ ਹਾਂ ਦਵਾਈਆਂ ਲਿਆ ਰਹੇ ਹਾਂ ਪਾਣੀ ਲਿਆ ਕਹਿੰਦੇ ਪੈਸਾ ਇਕੱਠਾ ਕਰਨ ਆ ਗਏ ਮੈਂ ਨਹੀਂ ਨਹੀਂ ਕਹਿੰਦੇ ਵਿਊ ਮੈਂ ਯਾਰ ਤੁਸੀਂ ਵੀ ਲੈ ਲਓ ਵਿਊ ਇਹ ਚੈਨਲਾਂ ਤੋਂ ਪੈਸਾ ਇਕੱਠਾ ਕਰਦੇ ਇੱਥੇ ਖਲੋਣਾ ਤੇ ਇੱਥੇ ਖਲੋਣਾ ਹੀ ਬੜੀ ਵੱਡੀ ਗੱਲ ਆ ਗੱਲ ਕਰ ਰਿਹਾ ਇਹ ਲੱਤਾਂ 'ਚ ਜਾਣ ਚਾਹੀਦੀ ਭਾਜੀ ਮੈਂ ਨਾ ਮੈਂ ਅੰਦਾਜ਼ਦਾ ਪਿਆ ਸੀ ਮੇਰੇ ਸਿੰਘ ਮੇਰੇ ਭਰਾ ਮੈਨੂੰ ਕਹਿੰਦੇ ਬਾਬਾ ਜੀ ਤੁਸੀਂ ਵੀਡੀਓ ਵਿੱਚ ਤਗੜੇ ਲੱਗਦੇ ਹੋ ਸਹੀ ਸਿਹਤ ਪੱਖੋਂ ਕਹਿੰਦੇ ਜਦੋਂ ਬਾਹਰ ਆਉਂਦੇ ਵੀ ਪਰਵਾਨੇ ਤੇ ਕਹਿੰਦੇ ਸਰੀਰ ਚਲੋ ਥੋੜਾ ਘੱਟ ਹੈ ਮੈਂ ਕਿਹਾ ਸਰੀਰ ਭਾਵੇਂ ਕਿਲੋ ਦਾ ਮੇਰਾ ਜਿਗਰਾ ਕੁਆਂਟਲ ਦਾ ਹੈ ਜਿਗਰਾ ਕੁਆਂਟਲ ਦਾ ਤੇ ਮੈਂ ਜਿਹੜੀ ਗੱਲ ਕਰਨ ਲੱਗਾ ਵੀ ਸਾਨੂੰ ਹੁਣ ਸਾਨੂੰ ਇਹ ਕਹਿਣਗੇ ਵੀ ਪੈਸਾ ਇੱਕ ਮਿੰਟ ਠੇਠ ਜੀ ਮੈਨੂੰ ਬਹੁਤ ਨੇੜਿਓ ਐਜ਼ ਏ ਪਰਿਵਾਰਕ ਜਾਣਦੇ ਹੋ ਤੇ ਮੈਂ ਤਾਂ ਸ਼ਰੇਆਮ ਮਤਲਬ ਜਿਹੜੀ ਚਲੋ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਆਪਣੇ ਭਰਜਾਈ ਹੈ ਸਾਡੀ ਇੱਕ ਭਰਜਾਈ ਸਾਹਿਬ ਤੇ ਉਹ ਸੋਰੀ ਤੇ ਉਹ ਮਤਲਬ ਹੁਣ ਉਹਨਾਂ ਦਾ ਕੋਈ ਬਿਆਨ ਸੁਣਿਆ ਕੋਈ ਵੀਰਾਂ ਕਿਸਾਨਾਂ ਦੇ ਹੱਕ 'ਚ ਕੋਈ ਨੌਜਵਾਨਾਂ ਦੇ ਹੱਕ 'ਚ ਤੇ ਜਦੋਂ ਕੋਈ ਸਾਡੇ ਵਰਗਾ ਕਿਤੇ ਕੋਈ ਮੋਰਚਾ ਪੰਥ ਦੀ ਗੱਲ ਕਰਦੇ ਸਾਡੇ ਤੇ ਸਟੇਜਾਂ ਦੇ ਘੰਟੇ ਘੰਟੇ ਦੀਵਾਨ ਲੱਗਦੇ ਨੇ ਠੀਕ ਹੈ ਖਾਲਿਸਤਾਨੀ ਦੇ ਨਾਰੇ ਲਾ ਤੇ ਔਰ ਸ਼ਰਿਆਮ ਮੈਂ ਬੈਠਾ
मैं सच कह रहा किसी ने नहीं कहा वाहेगुरु वाहेगुरु कर रहे मेरे को वीडियो रिकॉर्डिंग है एक तो हम सू वीडियो बनानी पैंती जितते जाते पता ही नहीं बंदा खालिस्तान के नारे लग जाएंगे कि भुचाल आ गया खसमा ने खट्टर आप कहते हैं भी ये वखरा ही कर लो साथ रहते हैं ये अपना अलग कर ले साडे बुजुर्ग कहते पे ने भी सानू हुण खालिस्तान दे दियो ये तो यार हुण आप करतूता तो आप करते ने भी सानू दे दियो। मनजीत सिंह राय वो किसान आगू आ उन्होंने समर्थन पहले दिन उन्होंने देता सी है ना तो फगवाड़े पता मैनू की कहा सी उन्होंने वो कहिंदे जिहड़ी कंडियाली तार लगी है ना वो थोड़ी जी परे कर दो कहिंदे कहिंदे सानू हरियाणा दे दो साडा हिमाचल दे दो साडा जम्मू कश्मीर दे दो उन्हां दी बाइट आए कहिंदे कि सानू वो वखरा ही कर दियो वो कहिंदे कि साडा पंजाब साडा दे दो सानू वखरा इन्हां ने की देना ना जम्मू सानू की देना मैं कहना आ ही लै लो अपनी आर्मी इत्थे बड़ी तैयार हो जाणी है युद्ध करके लै लांगे ਕਿਦਾਂ ਵੇਖਦੇ ਹੋ ਤੁਸੀਂ ਜੇ ਮੰਨ ਲਓ 18 ਤਰੀਕ ਨੂੰ ਮਸਲੇ ਦਾ ਹੱਲ ਨਿਕਲਦਾ ਕਿਉਂਕਿ ਪੋਜ਼ਿਟਿਵ ਰਹਿਣਾ ਚਾਹੀਦਾ ਸਰਕਾਰ ਨਾਲ ਗੱਲਬਾਤ ਆ 2024 ਵੀ ਸਰਕਾਰ ਨੇ ਵੇਖਣੀ ਆ ਭਾਜੀ ਉਹਨਾਂ ਨੇ ਕਹਿੰਦਾ ਉਧਰੋਂ ਗੱਲਬਾਤ ਭਾਜੀ 1 ਮਿੰਟ ਕੋਲੇ ਚੱਲਦੇ ਨੇ ਇਹ ਕਿਹੜੀ ਗੱਲਬਾਤ ਹੋਈ ਨਹੀਂ ਕਟਣਾ ਲੋਣਾਂ ਦਾ ਭਾਜੀ ਮੀਟਿੰਗਾਂ 'ਚ ਵੈਸੇ ਅਸੀਂ ਅਰਦਾਸ ਕਰਦੇ ਆ ਵੀ ਹੋ ਜੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਹੋ ਜੇ ਪਰ ਨਹੀਂ ਕੱਢਣਾ ਉਹਨਾਂ ਨੇ ਨਾ ਹੋਵੇ ਸੋਚਿਆ ਜਾ ਉਹਦਾ ਕਾਰਨ ਇਹ ਵੀ ਜਿਹੜਾ ਇਹ ਸਰਕਾਰ ਆ ਇਹ ਹਿੰਦੂ ਰਾਸ਼ਟਰ ਦਾ ਪੱਤਾ ਖੇਡ ਚੁੱਕੀ ਆ ਇਹਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬ ਨਾਲ ਦੀਪ ਦੀ ਗੱਲ ਕੀਤੀ ਮੈਂ ਉੱਥੇ ਸੀ ਮੈਂ ਤੁਹਾਨੂੰ ਯਾਦ ਕਰਾਉਣਾ ਇੱਕ ਚੀਜ਼ ਕੱਲ ਮੈਂ ਉੱਥੇ ਸੀ ਚੌਂਕੀ ਮਾਰ ਤੇ ਜਿੱਦਣ ਉਹ ਦੀਪ ਇਹ ਦੁਨੀਆ ਤੋਂ ਗਿਆ ਸੀ ਨਾ ਹਰ ਅੱਖ ਨਾਮ ਹੋਈ ਜਿਹਨੇ ਦੀਪ ਨੂੰ ਨਹੀਂ ਸੀ ਵੇਖਿਆ ਨਾ ਸਾਡੇ ਪਰਿਵਾਰ ਦੇ ਵਿੱਚ ਅਸੀਂ ਬੈਠੇ ਨਿਊਜ਼ ਵੇਖੀ ਸੀ ਤੇ ਸਾਡੇ ਪਰਿਵਾਰਾਂ ਨੂੰ ਝਟਕਾ ਲੱਗਾ ਹਨਾ ਸ਼ਾਇਦ ਅਸੀਂ ਨਾਲ ਲੱਗੇ ਰਹੇ ਹੋਵਾਂਗੇ ਵੇਖਿਆ ਇੱਕ ਦੂਜੇ ਨੂੰ ਜਾਣਦੇ ਹਾਂ ਪਰ ਹਰ ਕੱਲ੍ਹ ਨਾ ਉਹ ਸਟੇਜ ਦੇ ਉੱਤੇ ਗੱਲ ਹੋਈ ਸਟੇਜ ਤੇ ਪਤਾ ਕੀ ਕਿਹਾ ਗਿਆ ਸੀ ਅੱਜ ਕਹਿੰਦੇ ਕਿਤੇ ਉੱਥੇ ਦੀਪ ਹੁੰਦਾ ਤੇ 3-4 ਲੇਅਰਾਂ ਨਹੀਂ ਸ਼ਾਇਦ ਅਗਲੇ ਪਾਸੇ ਵੱਧ ਜਾਂਦਾ ਕਿਉਂਕਿ ਉਹ ਦਿਮਾਗ ਸੀ ਉਹ ਰੋਸ਼ਨ ਦਿਮਾਗ ਉਹ ਕਹਿੰਦੇ ਕਿ ਹੋ ਸਕਦਾ ਇਸ ਸਥਿਤੀ ਕਿਤੇ ਹੋਰ ਹੁੰਦੀ ਭਾਜੀ ਤੁਸੀਂ ਵੀ ਨਾਲ ਰਹੇ ਹੋ 2-2.5 ਸਾਲ ਅਸੀਂ ਇਕੱਠੇ ਰਹੇ ਹਾਂ ਤੁਹਾਨੂੰ ਪਤਾ ਪਿਆਰ ਕਿੰਨਾ ਕੁ ਸੀ ਬਾਈ ਨਾਲ ਗੱਲ ਇਹ ਵੀ ਅਸੀਂ ਅੱਜ ਜੱਗ ਜ਼ਾਹਰ ਨਹੀਂ ਕਰਦੇ ਹੈ ਨਾ ਅਸੀਂ ਤਾਂ ਰੋਂਦੇ ਹਾਂ ਯਾਦ ਕਰ ਕਰਕੇ ਉਹਨੂੰ ਸਾਡਾ ਤਾਂ ਜਿਹੜੇ ਅਸਲੀ ਨਾਲ ਸੀ ਜਿਹੜੇ ਉਹ ਦੱਸਦੇ ਨਹੀਂ ਵੀ ਅਸੀਂ ਨਹੀਂ ਨਾਲ ਸੀ ਜਿਵੇਂ ਆਪਾਂ ਨੂੰ ਪਤਾ ਚਲੋ ਅਸੀਂ ਪੱਤਰਕਾਰੀ ਭਰਾਵਾਂ ਨਾਲ ਜੁੜੇ ਹਾਂ ਜਿਹੜੇ ਤਾਂ ਅਸਲੀ ਨਾਲ ਸੀ ਸਾਨੂੰ ਪਤਾ ਵੀ ਯਾਰ ਇਹ ਉਹਦੇ ਨਾਲ ਗੱਲਬਾਤ ਐਂ ਚੁੱਕਦੇ ਸੀ ਫੋਨ ਉਹ ਦੱਸਦੇ ਨਹੀਂ ਹੈਗੇ ਵੀ ਅਸੀਂ ਨਾਲ ਸੀ ਜਿਹੜੇ ਨਹੀਂ ਸੀ ਉਹ ਪਤਾ ਨਹੀਂ ਕਿੱਥੋਂ ਫੋਟੋਆਂ ਕੱਢ ਲਈ ਇੱਕ ਮੈਂ ਯਾਦ ਤੁਹਾਡੀ ਗੱਲ ਤੁਹਾਨੂੰ ਯਾਦ ਆਇਆ ਮੈਂ ਕੋਈ ਇੰਟਰਵਿਊ ਕਰਨ ਵਾਸਤੇ ਚਲਾ ਗਿਆ ਤੇ ਜਿਹੜੇ ਇੰਟਰਵਿਊ ਸੀ ਉਹ 1984 ਤੇ ਸੰਤਾਂ ਦੇ ਸਮੇਂ ਦੀ ਤੇ ਸਾਨੂੰ ਇਹ ਹੁੰਦਾ ਕਿ ਕੋਈ ਸੰਤਾਂ ਬਾਰੇ ਗੱਲ ਸੁਣਾਵੇ ਨਾ ਤੇ ਆਪਾਂ ਚੈਨਲ ਤੇ ਉਹਨੂੰ ਓਨਰ ਕਹੀਏ ਤੇ ਉਹ ਵੀਰ ਨੇ ਮੈਨੂੰ ਕਿਹਾ ਕਹਿੰਦਾ ਮੈਂ ਗੱਲ ਤਾਂ ਨਹੀਂ ਕਰਨੀ ਚਾਹੁੰਦਾ ਪਰ ਮੈਂ ਇੱਕ ਚੀਜ਼ ਤੁਹਾਨੂੰ ਕੈਮਰੇ ਤੋਂ ਬਿਨਾਂ ਦੱਸਦਾ ਉਹ ਕਹਿੰਦਾ ਅੱਜ ਕੱਲ੍ਹ ਹਰ ਇੱਕ ਨੇ ਮੋਰਚਾ ਮਿਲਿਆ ਹੁੰਦਾ ਕਹਿੰਦੇ ਕਿ ਮੈਂ ਤੇ ਸੰਤਾਂ ਨਾਲ ਫਲਾਣੇ ਮੋਰਚੇ 'ਚ ਹਾਂ ਤੇ ਸ਼ਾਇਦ ਜਿਹੜੇ ਮੋਰਚਿਆਂ 'ਚ ਸੀ ਉਹ ਕਹਿੰਦਾ ਉਹ ਅਜੀਬ ਨਹੀਂ ਬੋਲਦੇ ਕਿ ਇਹੋ ਜਿਹੇ ਸਿੰਘ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜਿਹੜੇ ਤੇ ਉਹ ਦੀਪ ਦੇ ਨਾਲ ਰਹੇ ਦੀਪ ਨੂੰ ਲਾਗੂ ਹੋ ਕੇ ਵੇਖਿਆ ਵੈਸੇ ਸਥਿਤੀ ਕਿੱਦਾਂ ਦੀ ਲੱਗਦੀ ਸੀ ਜੇ ਅੱਜ ਦੀਪ ਹੁੰਦਾ ਇਹ ਸਥਿਤੀ ਕਿੱਦਾਂ ਦੀ ਦੇਖੋ ਦੀਪ ਹੁੰਦਾ ਵੈਸੇ ਤਾਂ ਅੱਜ ਹਰ ਇੱਕ ਨੌਜਵਾਨ 'ਚ ਦੀਪ ਹੈ ਪਰ ਫਿਰ ਵੀ ਉਹ ਬੰਦਾ ਦਾ ਜਿਹੜਾ ਦਿਮਾਗ ਸੀ ਰੋਸ਼ਨ ਦਿਮਾਗ ਉਹਦੀਆਂ ਗੱਲਾਂ ਆਉਣ ਵਾਲੇ 100 ਸਾਲਾਂ ਤੱਕ ਵੀ ਤੁਹਾਨੂੰ ਸੱਚ ਸਾਬਤ ਹੋਣਗੀਆਂ ਅੱਜ ਵੀ ਹੋ ਰਹੀਆਂ ਨੇ ਉਹ ਹੁੰਦਾ ਨਜ਼ਾਰਾ ਕੁਛ ਹੋਰ ਹੁੰਦਾ ਪਰ ਸਮੇਂ ਦੀਆਂ ਖੇਡਾਂ ਨੇ ਭਾਜੀ ਜਿਉਂਦੇ ਜੀ ਤੇ ਗਦਾਰ ਗਦਾਰ ਹੀ ਕਹਿੰਦੇ ਇਨਸਾਫ ਮੋਰਚੇ ਤੋਂ ਬਾਪੂ ਗੁਰਚਰਨ ਸਿੰਘ ਗਏ ਮੈਂ ਤੇਰੇ ਨਾਲ ਗੱਲਬਾਤ ਕਰਦਾ ਮੈਂ ਇੱਕ ਮਿੰਟ ਤੋੜਾ ਲੈਣਾ ਬਾਪੂ ਗੁਰਚਰਨ ਸਿੰਘ ਕੱਲ ਗਏ ਉਸੇ ਸਟੇਜ ਤੇ ਬਾਪੂ ਗੁਰਚਰਨ ਸਿੰਘ ਕਹਿੰਦੇ ਕਿ ਰੋਸ਼ਨ ਦਿਮਾਗ ਤੇ ਉਦੋਂ ਪਤਾ ਲੱਗਦਾ ਕਹਿੰਦੇ ਅਸੀਂ ਗਵਰਨਰ ਨਾਲ ਗੱਲ ਕਰਨੀ ਸੀ ਉਹਨੇ ਜੋ ਗੱਲਾਂ ਕੀਤੀਆਂ ਉਹਨੇ ਉਹ ਕਹਿੰਦੇ ਸਾਡੀ ਉਮਰ ਹੰਢਾਈ ਸੀ ਸਾਨੂੰ ਤਾਂ ਸਮਝਣ ਲੱਗੀ ਕਿ ਗੱਲਾਂ ਆ ਕਿੱਥੋਂ ਰਹੀਆਂ ਭਾਜੀ ਉਹ ਪੜ੍ਹਿਆ ਲਿਖਿਆ ਲਾਇਰ ਸੀਗਾ ਕੋਨੇਪਰ ਲਾਇਰ ਸੀਗਾ ਬੜਾ ਰੋਸ਼ਨ ਚਲੋ ਭਾਜੀ ਗੱਲ ਇਹ ਜਿਨ੍ਹਾਂ ਨੇ ਉਹਦੀ ਸੰਗਤ ਕੀਤੀ ਮਾਣਿਆ ਉਹਨਾਂ ਨੂੰ ਪਤਾ ਹੈ ਔਰ ਆਪਾਂ ਕਿੰਨਾ ਇਹਨੂੰ ਹੁਣ ਕਿਵੇਂ ਵੇਖਦੇ ਹੋ ਇਹਨੂੰ ਅੱਗੇ ਭਾਜੀ ਦੇਖੋ ਔਖਾ ਬਹੁਤ ਹੈ ਇਹ ਤਾਂ 10% ਹੈ ਜਿਹੜਾ ਇਹਨਾਂ ਨੇ ਕੰਕਰੀਟ ਕੀਤਾ ਅੱਗੇ ਬਹੁਤ ਅੱਗੇ ਇਹਨਾਂ ਦੀ ਤਿਆਰੀ ਆ ਅਗਲੇ ਪਾਸੇ ਤੋਂ ਵੱਧ ਤਿਆਰੀ ਆ ਅੱਗੇ ਤਿਆਰੀ ਹੈ ਨੀਤੀ ਜ਼ਰੂਰ ਨੀਤੀ ਵਰਤ ਮੈਂ ਫਿਰ ਇੱਕ ਵਾਰ ਬੇਨਤੀ ਕਰਾਂਗਾ ਨੀਤੀ ਨਾਲ ਵਰਤ ਕੇ ਚੱਲੋ ਨਹੀਂ ਤਾਂ ਨੁਕਸਾਨ ਮੈਂ ਨਹੀਂ ਕਹਿੰਦਾ ਅਸੀਂ ਡਰਦੇ ਨਹੀਂ ਨੁਕਸਾਨ ਤੋਂ ਸਦਾ ਹੀ ਪੰਜਾਬ ਨੇ ਕੁਰਬਾਨੀਆਂ ਕੀਤੀਆਂ ਨੇ ਮੈਂ ਇਹ ਨਹੀਂ ਕਹਿੰਦਾ ਪਰ ਨੀਤੀ ਨੂੰ ਥੋੜ੍ਹਾ ਜਿਹਾ ਨੀਤੀ ਨੂੰ ਵਿਚਾਰ ਕੇ ਚੱਲੋ ਬੜਾ ਕੁਛ ਹੋ ਸਕਦਾ ਬੜੇ ਤਰੀਕੇ ਨਾਲ ਦਿੱਲੀ ਮੈਂ ਕਹਿੰਦਾ ਵੜ ਜਾਓ ਟ੍ਰੇਨਾਂ ਲੈ ਕੇ ਵੜ ਜਾਓ ਗੱਡੀਆਂ ਬੱਸਾਂ ਇਹਨਾਂ ਦੀਆਂ 'ਚ ਵੜ ਜਾਓ ਜਾਓ ਟ੍ਰੇ ਬਹਿ ਜਾਓ ਜਾ ਕੇ ਉੱਥੇ ਲਾਲ ਕਿਲੇ ਭਾਵੇਂ ਸੰਸਦ ਸਾਹਮਣੇ ਪਹੁੰਚਣਾ ਦਿੱਲੀ ਜਾਣਾ ਕਿੰਨਾ ਕੁ ਔਖਾ ਪਰ ਗੱਲ ਤਾਂ ਇਹ ਹੈ ਨਾ ਵੀ ਜਿਹੜਾ ਹੁਣ ਆ ਜਾਣਗੀਆਂ ਉਹ ਵੀ ਆਪੇ ਆ ਜਾਣਗੀਆਂ ਕਿਉਂਕਿ ਫੌਜ ਨੂੰ ਉਧਰ ਲੱਗ ਜਾਣਾ ਅਸੀਂ ਫਿਰ ਇਧਰ ਉਧਰ ਪਲਾਨ ਦੇਤਾ ਇਹ ਮੰਨ ਲਓ ਇਹਨਾਂ ਨੇ ਦਿਮਾਗ 'ਚ ਆ ਗਿਆ ਇਹਨਾਂ ਨੇ ਤਾਂ ਇਹਨਾਂ ਨੂੰ ਗਦਾ ਦਾ ਸਰਟੀਫਿਕੇਟ ਜਾਂ ਘਰੇ ਜਾਣ ਤੋਂ ਪਹਿਲਾਂ ਹੀ ਪਤਾ ਇਹ ਚਾਹੀਦਾ ਰਾਜਪੁਰੇ ਸੇਵਾ ਕਰਦਾ ਹੋਵੇ ਨਹੀਂ ਭਾਜੀ ਅਸੀਂ ਮੈਂ ਕਹਿੰਦਾ ਵੀ ਜੋ ਫੈਸਲਾ ਲੈਣਗੇ ਉਹ ਲੈਣਗੇ ਅਸੀਂ ਤਾਂ ਚਲੋ ਸਾਡੇ ਤੇ ਵਰਤਨ ਦੇ ਨੇ ਅਸੀਂ ਤਾਂ ਭਾਜੀ ਫਿਰ ਕਹਿ ਰਹੇ ਅਸੀਂ ਹੁਣ ਵੀ ਪਾਣੀ ਦਵਾਈਆਂ ਲੰਗਰ ਰੋਜ਼ 5,000 ਸੰਗਤ ਦਾ ਲੰਗਰ
ਸਾਡੇ ਨੌਜਵਾਨ ਵੀਰ ਬਨੂੜ ਤੋਂ ਜਾਂ ਸਾਡਾ ਜਿੱਥੇ ਸਾਡੇ ਸਾਡੀ ਸੇਵਾ ਮਿਲੀ ਦੁੱਧਾਧਾਰੀ ਗੁਰਦੁਆਰਾ ਸਾਹਿਬ ਰਾਜਪੁਰ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਰਾਜਪੁਰ ਦੇ ਵਿੱਚ ਆਣ ਕੇ ਬੈਠੇ ਆ ਨਾ ਫਰਜ਼ ਵੀ ਤੁਹਾਡੇ ਜ਼ਿਆਦੇ ਬਣਦੇ ਆ ਕਿਉਂ ਵੀਰਿਓ ਕਿਉਂਕਿ ਇਹਨਾਂ ਦੇ ਘਰ ਆ ਕੇ ਬਹਿ ਗਏ ਨਾ ਆਪਾਂ ਹਨਾ ਤੇ ਤੁਹਾਡੀ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਸੇਵਾ ਕਰਨਾ ਤੇ ਉੱਤੇ ਵਿੱਚ ਤੰਜ ਕੱਸਣੇ ਇਹ ਵੀ ਚੱਲੀ ਜਾਂਦਾ ਜੀ ਪਰ ਬਾਬੇ ਨਾਨਕ ਦਾ ਜੋ ਹੋਕਾ ਸੀ ਨਾ ਬਾਬੇ ਨਾਨਕ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਅਸੀਂ ਤਾਂ ਕਦੇ ਪਰਵਾਹ ਹੀ ਨਹੀਂ ਕੀਤੀ ਕਈਆਂ ਨੂੰ ਵਹਿਮ ਹੁੰਦਾ ਵੀ ਇਹ ਤਾਂ ਵਿਹਲੇ ਨੇ ਮੈਂ ਕਿਹਾ ਵੀ ਜਿੰਨਾ ਬਿਜ਼ਨਸ ਮੇਰਾ ਸੀ ਕਿਸੇ ਨੂੰ ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ 100 ਇਕੱਠੇ ਕਰ ਲਓ ਬਾਬੇ ਤੇ ਪਰਵਾਨੇ ਦੇ ਇੱਕ ਦਿਨ ਦੀ ਕਮਾਈ ਮਿਲਾ ਕੇ ਵੇਖ ਲਿਓ ਜੇ ਕਦੇ ਸਮਾਂ ਸੀ ਸਾਰਾ ਸਰਕਾਰਾਂ ਨੇ ਜਿਹੜਾ ਉਹ ਠੱਪ ਕੀਤਾ ਜੇ ਕਈਆਂ ਨੂੰ ਵਹਿਮ ਹੈ ਤੇ ਆ ਜਾਓ ਤੁਹਾਨੂੰ ਮੈਂ ਗਡਾਊਨ ਦਿਖਾ ਦਿਆ ਆਪਣੇ ਮੇਰੇ ਗਡਾਊਨ ਮੈਂ ਅਸੀਂ ਘਰੋਂ ਕੋਈ ਐ ਨਹੀਂ ਗੱਲ ਫਿਰ ਉਹੀ ਆ ਜਾਂਦੀ ਆ ਕਈਆਂ ਨੂੰ ਵਹਿਮ ਹੋ ਜਾਂਦਾ ਹਾਂ ਇੱਕ ਚੈਨਲ ਯਾਰ ਤੁਸੀਂ ਅੰਦਰ ਗੱਲ ਕਰੀ ਯਾਰ ਭਰਾਵਾਂ ਤੌਰ ਤੇ ਆ ਜਿਹੜੇ ਭਰਜਾਈ ਸਾਹਿਬ ਜਾਂ ਹੋਰ ਦੂਜੇ ਤੀਜੇ ਹੋਰ ਜਿਹੜੇ ਵੀਰ ਵੀ ਨੇ ਜਿਹੜੇ ਕਹਿੰਦੇ ਪੈਸੇ ਇਕੱਠੇ ਹੈ ਨਾ ਪੈਸੇ ਯਾਰ ਮੈਂ ਰੱਬ ਦਾ ਹੀ ਵਾਸਤਾ ਹੈ ਯਾਰ ਮੇਰੇ ਬੁਰੇ ਬੰਦੇ ਤੇ ਲਿਆਓ ਜਿੰਨੇ ਇਕੱਠੇ ਕੀਤੇ ਅਸੀਂ ਮੈਨੂੰ ਪਤਾ ਲੱਗੇ ਮੈਂ ਕਿੰਨੇ ਇਕੱਠੇ ਕੀਤੇ ਨੇ ਮੈਨੂੰ ਪਤਾ ਲੱਗੇ ਇਨਕੁਆਇਰੀ ਹੋਈ ਮੇਰੇ ਤੇ ਵੀ ਇਨਕੁਆਇਰੀ ਹੋਈ ਇਹਨੂੰ ਬਾਹਰੋਂ ਪੈਸੇ ਆਉਂਦੇ ਨੇ ਹਨਾ ਇਨਕੁਆਇਰੀ ਹੋਈ ਵੀ ਮੈਨੂੰ ਬਾਹਰੋਂ ਪੈਸੇ ਆਉਂਦੇ ਨੇ ਫੰਡਿੰਗ ਆਉਂਦੀ ਹੈ ਬਾਈ ਮੈਨੂੰ 4-5 ਦਿਨ ਬਿਠਾ ਕੇ ਰੱਖਿਆ ਫੰਡਿੰਗ ਕੀ ਆਣੇ ਇੱਕ ਨੇ ਮੈਨੂੰ 9,000 ਪਾਇਆ ਸੀ ਉਹਨੂੰ ਮੈਂ 9,000 ਦੇ 6 ਬੂਟ ਭੇਜੇ ਸੀ ਆਹ ਮੈਨੂੰ ਬਾਹਰੋਂ ਪੈਸੇ ਆਏ ਨੇ ਦੱਸੋ ਹਵਾ 'ਚ ਗੱਲਾਂ ਕਰੋਗੇ ਤੇ ਵੀ ਫੰਡਿੰਗ ਆ ਭਾਜੀ ਗੱਲ ਪਤਾ ਕੀ ਹੈ ਇੱਕ ਮਿੰਟ ਫਿਰ ਹੋਈ ਗਿਆ ਇਹ ਸਫਾਈਆਂ ਕਿਹਨੂੰ ਦੇਣੀਆਂ ਨੇ ਉਹਨਾਂ ਨੂੰ ਜਿਹਨਾਂ ਨੇ ਸਕਦੇ ਜਿਨ੍ਹਾਂ ਨੇ ਮੰਨਣਾ ਹੀ ਨਹੀਂ ਫਿਰ ਸਫਾਈਆਂ ਕਾਹਦੇ ਦੇਣੀਆਂ ਨੇ ਭਾਜੀ ਕੋਈ ਸਫਾਈ ਦੀ ਇਸ ਨੌਜਵਾਨ ਪੀੜ੍ਹੀ ਨੂੰ ਜਿਹੜੀ ਇੱਥੇ ਖੜੀ ਆ ਤੁਹਾਡੇ ਲਾਗੇ ਛਾਗੇ ਤੇ ਨਾ ਸੁਨੇਹਾ ਫਰਾਉਣਾ ਵੀ ਆ ਤੁਹਾਡਾ ਕੁਛ ਕਹਿਣਾ ਚਾਹੋਗੇ ਤੇ ਵਿਦੇਸ਼ਾਂ 'ਚ ਬੈਠਿਆ ਇਹਨਾਂ ਇਹੀ ਗੱਲ ਕਹਾਂਗਾ ਇੱਕ ਤਾਂ ਵਿਦੇਸ਼ਾਂ 'ਚ ਰਹਿਣ ਨੂੰ ਵਾਰ ਵਾਰ ਤੁਹਾਡਾ ਚੈਨਲ ਵਿਦੇਸ਼ੀ ਵੀਰ ਵੇਖਦੇ ਨੇ ਵੀ ਆਪਣੀ ਭਾਸ਼ਾ 'ਚ ਫ੍ਰੈਂਚ ਡੱਚ ਸਪੈਨਿਸ਼ ਇੰਗਲਿਸ਼ ਜਿਹੜੀ ਤੁਹਾਡੀ ਲੈਂਗੁਏਜ ਹੈ ਮਲਾਈ ਚਾਈਨੀਜ਼ ਜਿਹੜੀ ਜਿਹੜੀ ਭਾਸ਼ਾ ਤੁਸੀਂ ਜਾਣਦੇ ਹੋ ਹਰ ਇੱਕ ਦੇਸ਼ 'ਚ ਆਹ ਵੀਡੀਓ ਚੱਕ ਚੱਕ ਕੇ ਜੋ ਸਰਕਾਰ ਕਰ ਰਹੀ ਹੈ ਉਸ ਭਾਸ਼ਾ ਦੇ ਵਿੱਚ ਵੀਡੀਓ ਨੂੰ ਵਾਇਰਲ ਕਰੋ ਤਾਂ ਜੋ ਹਰ ਇੱਕ ਦੇਸ਼ ਨੂੰ ਇਸ ਸਰਕਾਰ ਦਾ ਨੰਗਾ ਚਿਹਰਾ ਜਿਹੜਾ ਪਤਾ ਲੱਗੇ ਵੀ ਇਹ ਕੀ ਕਰਤੂਤਾਂ ਕਰ ਰਹੀ ਹੈ ਇਹ ਜ਼ਰੂਰੀ ਹੈ ਜ਼ਰੂਰੀ ਆ ਜਿਹੜੇ ਵਿਦੇਸ਼ਾਂ ਵਾਲੇ ਨੇ ਉਹ ਇਸ ਆਪਣੀ ਭਾਸ਼ਾ 'ਚ ਜਿਹੜੇ ਹੁਣ ਬਾਹਰ ਯੂਟਿਊਬਰ ਬਹੁਤ ਮੁੰਡੇ ਬੈਠੇ ਨੇ ਸਾਡੇ ਬਹੁਤ ਬੰਦੇ ਉਹਨਾਂ ਨੂੰ ਦੇਖਦੇ ਨੇ ਉੱਧਰ ਵੀ ਫੋਲੋ ਕਰਦੇ ਨੇ ਇਸ ਟਾਈਮ ਸਾਨੂੰ ਉਹਨਾਂ ਦੀ ਬੜੀ ਲੋੜ ਹੈ ਹਨਾ ਵੀ ਉਹ ਸਾਡੀ ਚੀਜ਼ ਨੂੰ ਨਾ ਉਹਨਾਂ ਦੀ ਭਾਸ਼ਾ 'ਚ ਕਨਵਰਟ ਕਰਕੇ ਉਹਨਾਂ ਦੇ ਦਿਮਾਗ 'ਚ ਪਾਵੇ ਕੀ ਹੈ ਅਤੇ ਇੱਕ ਜਿਹੜੇ ਸ਼ਹਿਰੀ ਬੰਦੇ ਨੇ ਜਿਵੇਂ ਸਾਡੇ ਵਰਗੇ ਸ਼ਹਿਰੀ ਉਹ ਸੋਚਦੇ ਵਿਹਲਣ ਵਾਲਾ ਕੰਮ ਹੈ ਵਿਹਲਣ ਵਾਲਾ ਕੰਮ ਨਹੀਂ ਐਟ ਲਾਸਟ ਜੇ ਇਹਨਾਂ ਨੂੰ MSP ਮਿਲਦੀ ਹੈ ਨਾ ਤੁਹਾਡੇ ਘਰ ਦਾ ਰਾਸ਼ਨ ਜੋ 20,000 ਦਾ ਆਉਂਦਾ ਉਹ ਸਿਰਫ 12-13,000 ਦਾ ਰਹਿ ਜੂਗਾ ਜੇ ਕਿਸੇ ਨੂੰ ਗੱਲ ਦਾ ਸ਼ੱਕ ਹੋਵੇ ਮੇਰੇ ਨਾਲ ਟੇਬਲ 'ਤੇ ਬਹਿ ਜਾਵੇ ਮੈਂ ਉਹਨੂੰ ਪ੍ਰੂਵ ਕਰ ਦਾਂਗਾ ਪਰਵਾਨਾ ਜੀ ਫਿਰ ਦਰਸ਼ਨ ਮਿਲੇ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਚੈਨਲ ਵਾਲੇ ਵੀਰ ਸਾਡੇ ਇਲਾਕੇ 'ਚ ਆਏ ਹੋ ਸਾਡਾ ਫਰਜ਼ ਹੈ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜ਼ਰੂਰਤ ਹੈ ਰਹਿਣ ਦੀ ਖਾਣ ਦੀ ਟੀਮ ਨੂੰ ਸਾਂਭਣ ਦੀ ਕਿਸੇ ਵੀ ਅਤੇ ਅਸੀਂ ਸਦਾ ਤੁਹਾਡੇ ਕਰਜ਼ਦਾਰ ਆਵਾਂਗੇ ਸਾਨੂੰ ਸੇਵਾ ਦਾ ਮੌਕਾ ਕਰਾਂਗੇ ਜੀ ਜ਼ਰੂਰ